ਸਾਰਿਆਂ ਨੂੰ ਮੇਰੇ ਵੱਲੋਂ ਮੇਰਾ ਨਾਮ ਮਨਪ੍ਰੀਤ ਹੈ ਪਿੰਡ ਬੜਾਲੇ ਦੀ ਰਹਿਣ ਵਾਲੀ ਹਾਂ ਮੈਂ ਹਾਂਜੀ ਮੈਂ ਜਿੱਥੇ ਵੀ ਜਾਣਾ ਗੋਲੀ ਖਾ ਕੇ ਜਾਣੀ ਸਿਰ ਦਰਦ ਦੀ ਇੱਕ ਕੰਮ ਮੇਰੇ ਕੋ ਹੁੰਦਾ ਨਹੀਂ ਸਿਰ ਦਰਦ ਦੇ ਨਾਲ ਕਿੰਨੇ ਚਿਰ ਤੋਂ ਸਿਰ ਦਰਦ ਦੱਸ ਮੇਰੇ 4-5 ਸਾਲ ਹੋ ਗਏ ਆ ਮੈਂ ਜਿੱਥੇ ਵੀ ਜਾਂਦੀ ਹਾਂ ਦਵਾਈ ਤੋਂ ਬਗੈਰ ਨਹੀਂ ਕਿਤੇ ਵੀ ਜਾਂਦੀ ਪਰ ਜਦੋਂ ਮੈਂ ਚਿਹਰ ਚ ਆਈ ਮੇਰਾ ਸਰੀਰ ਇੱਕਦਮ ਜਿੱਦਾਂ 10 ਬੰਦਿਆਂ ਨੇ ਫੜਿਆ ਹੁੰਦਾ ਤੇ ਮੈਂ ਉਹਨਾਂ ਨੇ ਮੇਰੇ ਤੇ ਪ੍ਰੇਰਿਤ ਕੀਤੀ ਹੈ ਤੇ ਮੇਰਾ ਸਰੀਰ ਇਦਾਂ ਜਿੱਦਾਂ ਪਾਣੀ ਉਦਾਂ ਜਾਂਦਾ ਨਹੀਂ ਤੇਜ਼ ਤੇਜ਼ ਇਦਾਂ ਹੋਇਆ ਗਿਆ ਹਾਲੇਲੂਯਾ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਕਿ ਇੱਜ਼ਤ ਕਰਨਾ ਸਿੱਖੋ ਖੁਦਾ ਦੇ ਦਾਸਿਆਂ ਦੇ ਲਈ ਤਾਂ ਜੋ ਕੁਛ ਮਰਜ਼ੀ ਲੈ ਲਓ ਜੇ ਇੱਜ਼ਤ ਨਹੀਂ ਕਰਦੇ ਫਿਰ ਕੁੱਖ ਨਹੀਂ ਮਿਲਣੀ ਪਿੱਛੇ ਤੁਸੀਂ ਖੁਦਾ ਦੇ ਦਾਸਿਆਂ ਦੀ ਇੱਜ਼ਤ ਕਰਕੇ ਆਓ ਇੱਥੇ ਆ ਕੇ ਦੁਆ ਕਰਾ ਤੋਂ ਗੱਲ ਬਣਨੀ ਜਦੋਂ ਇਹਨਾਂ ਨੇ ਹੱਥ ਰੱਖਿਆ ਮੇਰੀ ਮਿਸਰੀ ਨੇ ਬਿਲਕੁਲ ਹੌਲਾ ਜਿਹਾ ਲੱਗਾ ਮੈਨੂੰ ਕਿ ਪਹਿਲਾਂ ਮੇਰਾ ਸਰੀਰ ਇੰਨਾ ਪਖੰਡ ਹੈ ਕਿ ਜਿੱਦਾਂ ਮੈਂ ਹੁਣੇ ਹੀ ਇੱਥੇ ਡਿੱਗ ਪੈਣਾ ਓਕੇ ਜਦੋਂ ਇਹਨਾਂ ਨੇ ਹੱਥ ਰੱਖ ਕੇ ਦੁਆ ਕੀਤੀ ਠੰਡਾ ਲੱਗਾ ਸਰੀਰ ਮੈਨੂੰ ਬੜਾ ਓਕੇ ਤੋ ਹੌਲੀ ਸਪੀਡ ਕਹਿੰਦੀ ਕਹਿੰਦੀ ਉਹ ਲੱਗਦੀ ਪਈ ਉਹ ਭੈਣ ਕੀ ਆ ਉੱਥੇ ਕਿਹੜੀ ਕਿੱਥੇ ਕਿਹੜੀ ਉੱਥੇ ਸੀ ਕਿਹੜੀ ਮੈਂ ਪ੍ਰਭੂ ਦਾ ਆਪਣਾ ਕਹਿੰਦਾ ਕਹਿੰਦਾ ਲੱਗਦੀ ਪਈ ਇਹਨੂੰ ਖਾਲੀ ਕਰਕੇ ਭੇਜਣਾ ਤੁਹਾਨੂੰ ਚਰਚ ਜਾਂਦੀ ਸੀ ਪਰ ਮੈਨੂੰ ਸ਼ਾਮੀ ਚਰਚ ਵਾਸਤੇ ਪੈਸੇ ਮਿਲ ਜਾਂਦੇ ਸੀ ਪਰ ਹੁਣ ਕੋ ਮੇਰੇ ਕੋਲ ਖਾਂਬਰੇ ਨਹੀਂ ਜਾਇਆ ਜਾਂਦਾ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਨਹੀਂ ਖਾਂਬਰੇ ਆ ਸਕਦੇ ਇੱਥੇ ਜਾ ਸਕਦੇ ਹੋ ਹੁਣ ਮੈਂ ਇੱਥੇ ਆਣਾ ਸ਼ੁਰੂ ਕਰਤਾ ਅੱਜ ਆਈ ਹੈ ਪਹਿਲੀ ਵਾਰ ਉਹ ਭਰਾ ਮੈਂ ਦੱਸਿਆ ਸੀ ਇਸੇ ਕਿਤੇ ਨੂੰ ਬੇਸ ਲਿਆ ਕੇ ਇਹਨੂੰ ਅਸੀਂ ਕਰਕੇ ਯਸੂ ਮਸੀਹ ਨੂੰ ਮੈਂ ਗਿਫਟ ਦੇਣਾ ਇਹ ਗਿਫਟ ਦਿੱਤਾ ਯਸੂ ਮਸੀਹ ਨੂੰ ਕੱਲ੍ਹ ਫਾਸਟ ਰੱਖ ਕੇ ਪ੍ਰਭੂ ਦਾ ਥੈਂਕਸ ਕਰਨਾ ਪ੍ਰਭੂ ਤੇਰਾ ਸ਼ੁਕਰੀਆ ਤੂੰ ਮੈਨੂੰ ਛੂਇਆ ਮੈਨੂੰ ਆਜ਼ਾਦ ਕੀਤਾ ਬੋਲੋ ਜਿੰਨੇ ਵੀ ਚੰਗੇ ਹੋਏ ਨੇ ਪਾਸਟਰ ਵਿਜੇ ਨੇ ਨਹੀਂ ਕੀਤੇ ਬੋਲੋ ਯਸੂ ਮਸੀਹ ਨੇ ਕੀਤੇ ਯਸੂ ਮਸੀਹ ਨੇ ਕੀਤੇ ਯੋਰ ਦਾ ਯਸੂ ਮਸੀਹ ਨੇ